ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਆਪਣੇ ਹਲਕੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਦੇ ਉੱਤੇ ਉਨ੍ਹਾਂ ਨੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਨੇ ਅਤੇ ਅੱਜ ਪਿੰਡ ਫਤੂਹੀ ਖੇੜਾ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਗਮੀਤ ਸਿੰਘ ਬਰਾੜ ਦੇ ਬਿਨਾਂ ਕਿਸੇ ਸ਼ਰਤ ਦੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ ਅਤੇ ਉਨ੍ਹਾਂ ਦੇ ਅਕਾਲੀ ਦਲ ਦੇ ਵਿੱਚ ਆਉਣ ਦੇ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਕਿਉਂਕਿ ਜਗਮੀਤ ਸਿੰਘ ਬਰਾੜ ਕਾਫੀ ਸੁਲਝੇ ਇਨਸਾਨ ਨੇ। ਜਗਮੀਤ ਬਰਾੜ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੋਈ ਗੱਲਬਾਤ ਨੂੰ ਜਨਤਕ ਕਰਨ ਦੇ ਉੱਤੇ ਉਨ੍ਹਾਂ ਇਸ ਨੂੰ ਬਹੁਤ ਹੀ ਗਲਤ ਦੱਸਿਆ ਅਤੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਉਹ ਅਨਕੰਡੀਸ਼ਨਲੀ ਅਕਾਲੀ ਦਲ ਚ ਹੈਗਾ ਜੀ, ਇਹ ਬੜੇ ਸੁਲਝੇ ਇਨਸਾਨ ਹਨ ਤੇ ਉਹਨਾਂ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬੜੀ ਸ਼ਕਤੀ ਮਿਲੀ। ਬਾਲ ਸਾਹਿਬ, ਕੀ ਇਹ ਵਾਜਬ ਹੈ ਇਸ ਤਰ੍ਹਾਂ ਦੇ ਨਾਲ ਜਿਹੜੀ ਗੱਲਬਾਤ ਹੁੰਦੀ ਹੈ ਐਮਐਸਸੀਆਂ ਦੇ ਵਿੱਚ ਉਹ ਪਬਲਿਕਲੀ ਹੈ ਜਿਹੜਾ ਲੋਕਾਂ ਸਾਹਮਣੇ ਰੱਖ ਦੇਣੀ? ਜਿਸ ਤਰ੍ਹਾਂ ਉਹਨਾਂ ਦੇ ਨਾਲ ਜਗਮੀਤ ਬਰਾੜ ਜੀ ਦੀ ਗੱਲਬਾਤ ਹੋਈ, ਕੋਈ ਉਹਨਾਂ ਨੇ ਹੁਣ ਟਵੀਟ ਹੈ ਜਿਹੜੇ ਜਾਂ ਜੋ ਵੀ ਵਟਸਐਪ ਚੈਟ ਆ ਉਹਨਾਂ ਨੇ ਜਨਤਕ ਕਰਤੀ ਆ, ਜੇ ਕਿਸੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਇਹ ਵਾਜਬ ਹੈ ਇਸ ਤਰ੍ਹਾਂ ਦੇ ਨਾਲ ਸੀਕ੍ਰੇਟ ਗੱਲਬਾਤ? ਦੇਖੋ, ਜੇ ਕਿਸੇ ਨਾਲ ਵੀ ਗੱਲ ਕਰਦੇ ਆ, ਭਾਵੇਂ ਆਮ ਆਦਮੀ ਨਾਲ ਵੀ ਗੱਲ ਕਰਦੇ ਆ, ਉਹ ਅਸੂਲਨ ਜਿਹੜਾ ਸਿਆਣਪ ਹੈ ਉਹ ਤਾਂ ਨਾ ਅੱਗੇ ਨਹੀਂ ਕਰਨੀ ਚਾਹੀਦੀ। ਨਵਜੋਤ ਸਿੱਧੂ ਨੇ ਵੀ ਕਿਹਾ ਹੈਗਾ ਜਗਮੀਤ ਬਰਾੜ ਵੱਲੋਂ ਫਿਰ ਵਾਰ ਵਾਰ ਬਦਲਣ ਕਰਕੇ ਸਿਆਸੀ ਅੰਤ ਹੋ ਚੁੱਕਾ ਉਹਨਾਂ ਦਾ। ਉਹਨਾਂ ਨੂੰ ਪੁੱਛੋ ਵੀ ਤੁਸੀਂ ਵੀ ਬਦਲੇ ਕਿ ਨਹੀਂ ਬਦਲੇ? ਦੇਖੋ, ਨਵਜੋਤ ਸਿੱਧੂ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਲਿਆਂਦਾ, ਸਰ ਅਮਰਿੰਦਰ ਸਿੰਘ ਜਿਹੜਾ ਆ ਪਹਿਲਾਂ ਅਕਾਲੀ ਦਲ ਸੀ, ਫਿਰ ਇਹ ਇੱਕ ਹੋਰ ਪਾਰਟੀ ਦੀ ਬਣਾਈ, ਫਿਰ ਕਾਂਗਰਸ ਗਿਆ, ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਅਤੇ ਇਹ ਭੱਜ ਕੇ ਕਾਂਗਰਸ ਚਲੇ ਗਏ। ਪਹਿਲਾਂ ਕੋਈ ਆਪ, ਹੁਣ ਜੇ ਕੋਈ ਆਪ ਕਿਤੇ ਅਸੂਲ 'ਤੇ ਖੜਾ ਹੋਵੇ, ਮੈਂ ਦੇਖੋ ਮੈਂ ਆਪਣੀ ਗੱਲ ਨਹੀਂ ਕਰਨਾ ਚਾਹੁੰਦਾ, ਲੇਕਿਨ ਬੜੀਆਂ ਲੜਾਈਆਂ ਲੜੀਆਂ, ਬੜੀਆਂ ਗੱਲਾਂ ਹੋਈਆਂ ਅਤੇ ਸ਼ੁਰੂ ਤੋਂ ਹੀ ਜੇ ਮੈਂ 5 ਵਾਰੀ ਮੁੱਖ ਮੰਤਰੀ ਬਣਿਆ ਤਾਂ ਇਹ ਹੈ ਕਿ ਸਟੈਂਡ 'ਤੇ ਕਾਇਮ ਰਹੇ। ਇਸ ਕਰਕੇ ਲੋਕ ਜਿਹੜੇ ਹੈ ਇਹ ਆਪ ਤਾਂ ਫਿਰਤੂ ਨੂੰ ਤਾਂ ਦੂਜਿਆਂ ਨੂੰ ਦੂਜਿਆਂ 'ਤੇ ਨੁਕਤਾ ਜਿੰਨੀ ਦਾ ਜੋ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਿਹਾ, ਕੀ ਲੱਗਦਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭੱਜ ਪੈਣਗੇ? ਹਾਂਜੀ, ਲੋਕ ਸਭਾ ਦੀਆਂ ਚੋਣਾਂ ਦੇ ਵਿੱਚ, ਚੋਣਾਂ ਦੇ ਵਿੱਚ ਅਸਰ ਹੋਊਗਾ ਇਹਨਾਂ ਦਾ ਜਿਹੜੇ ਅਕਾਲੀ ਦਲ ਹੁੰਦਾ ਜੀ? ਕੋਈ ਨਹੀਂ, ਲੋਕ ਸਭਾ ਉਹ ਪਾਰਲੀਮੈਂਟ ਦੇ ਮੈਂਬਰ ਵੀ ਰਹੇ ਹੈ, ਇਸ ਤਰ੍ਹਾਂ ਪੁਰਾਣਾ ਖਾਨਦਾਨ ਹੈ, ਕੁਦਰਤੀ ਹੈ ਉਹਦਾ ਅਸਰ ਹੁੰਦਾ। ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣੇ ਚਾਹੀਦੇ ਹੈਗੇ? ਵੀ ਲੱਗਦਾ ਕਿ ਉਹ ਸੂਬੇ 'ਚ ਕਾਂਗਰਸ ਸਰਕਾਰ ਹੈਗੀ ਹੈ, ਕਿਸ ਤਰ੍ਹਾਂ ਦੀਆਂ ਫੋਰਸਾਂ ਦੀ ਮੰਗ ਕਰਨਗੇ? ਦੇਖੋ ਜੀ, ਇਹ ਮੈਂ ਜਿਹੜਾ ਜਿਵੇਂ ਪੰਚਾਇਤਾਂ 'ਚ ਜਾਂ ਲੋਕਲ ਬਾਡੀਜ਼ ਇਲੈਕਸ਼ਨ 'ਚ ਧੱਕਾ ਕਰਦੇ ਰਹੇ ਹੈ, ਇਹ ਧੱਕਾ ਨਹੀਂ ਹੋਣਾ ਚਾਹੀਦਾ ਔਰ ਹੋਊਗਾ ਵੀ ਨਹੀਂ। ਜਿਹੜੇ ਕੋਈ ਅਫਸਰ ਇਹੋ ਜਿਹੇ ਸਨ ਉਹਨਾਂ ਦੇ ਤਬਾਦਲੇ ਵੀ ਇਹਨਾਂ ਨੇ ਕੀਤੇ ਇਲੈਕਸ਼ਨ ਕਮਿਸ਼ਨ ਨੇ, ਪਰ ਮੇਰਾ ਖਿਆਲ ਹੈ ਕਿ ਕੋਈ ਅਫਸਰ ਜ਼ਰੂਰਤ ਨਹੀਂ ਕਰੇਗਾ ਕਿ ਉਹਨਾਂ ਇਲੈਕਸ਼ਨਾਂ 'ਚ ਧੱਕਾ। ਐਸ ਆਈ ਟੀ ਨੂੰ ਲੈ ਕੇ ਜਿਹੜਾ ਕੰਵਰ ਪ੍ਰਤਾਪ ਦੇ ਜਿਹੜਾ ਧਿਆਨ ਸਿੰਘ ਮੰਡ ਵੱਲੋਂ ਚੋਣ ਕਮਿਸ਼ਨ ਦੇ ਦਫ਼ਤਰ ਅੱਗੇ ਅੱਜ ਧਰਨਾ ਦਿੱਤਾ ਜਾ ਰਿਹਾ ਹੈਗਾ, ਇਹਨੂੰ ਕੀ? ਦੇਖੋ ਅਰਜ਼ ਹੈ, ਉਹੀ ਗੱਲ ਕਾਂਗਰਸ ਕਹਿੰਦੀ ਹੈ, ਉਹ ਧਿਆਨ ਮੰਡ ਕਹਿੰਦਾ, ਇਹ ਇੱਕੋ ਗੱਲ ਹੈ। ਅੱਗੇ ਵੀ ਕਾਂਗਰਸ ਨੇ ਜਿਹੜੇ ਅੱਗ ਲਾਈ ਹੈ ਪੰਜਾਬ 'ਚ ਔਰ ਅੱਤਵਾਦ ਦਾ ਸਾਥ ਦਿੱਤਾ, ਹੁਣ ਵੀ ਇਹਨਾਂ ਦਾ ਸਾਥ ਦੇ ਰਿਹਾ। ਇਹ ਇੱਕ ਬੜੀ ਵੱਡੀ ਸਾਜ਼ਿਸ਼ ਹੈ ਔਰ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਕੀ ਗੱਲ ਹੈ। ਇਹ ਉੱਥੇ ਇਹਨਾਂ ਨੂੰ, ਇਹਨਾਂ ਨੇ ਬਿਠਾਇਆ ਸੀ, ਇਹਨਾਂ ਨੂੰ ਬਿਠਾਇਆ ਔਰ ਉਹਦਾ ਸਾਰਾ ਉੱਥੋਂ ਦਾ ਪ੍ਰਬੰਧ ਇਹਨਾਂ ਨੇ ਕੀਤਾ, ਸਿਰਫ ਅਕਾਲੀ ਦਲ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਤਰ੍ਹਾਂ ਸੱਟ ਲੱਗੀ।
ਬਾਲ ਸਾਹਿਬ ਇੱਕ ਲਾਸਟ ਸਵਾਲ ਆ ਜੀ, ਤੁਹਾਡੇ ਗੁਆਂਢ ਦੇ ਵਿੱਚ ਪਿੰਡ ਆ ਬੀਦੋ ਵਾਲੀ, ਉੱਥੋਂ ਦੇ ਪਿੰਡ ਦੇ ਲੋਕਾਂ ਨੇ ਕੱਲ੍ਹ ਤਿੰਨ ਮੁੰਡੇ ਸੀ ਨਸ਼ਾ ਕਰਨ ਵਾਲੇ ਜਾਂ ਕੁਛ ਵੇਚਦੇ ਵੀ ਸੀ, ਉਹਨਾਂ ਨੂੰ ਪੁਲਿਸ ਕੋਲ ਫੜਾਇਆ, ਨਾਲ ਦੀ ਨਾਲ ਪਿੰਡ ਦੀ ਜਿਹੜਾ ਕਹਿਣਾ ਉਹਨਾਂ ਦੇ ਮੁਤਾਬਕ ਇਹ ਆ ਕਿ 12 ਤੋਂ 15 ਸਾਲ ਦੇ ਬੱਚੇ ਜਿਹੜੇ ਉਹ ਨਸ਼ਾ ਕਰਨ ਲੱਗ ਗਏ, ਇਸ ਤਰ੍ਹਾਂ ਦੇ ਨਾਲ ਕਹਿੰਦੇ ਸਾਡੀ ਪੀੜ੍ਹੀ ਜਿਹੜੀ ਬਰਬਾਦ ਹੋ ਰਹੀ ਹੈ। ਦੇਖੋ ਉੱਥੋਂ ਦੇ ਮਾਂ ਬਾਪ ਦੀ ਪਹਿਲਾਂ ਡਿਊਟੀ ਬਣਦੀ ਹੈ, ਦੇਖੋ ਹੁਣ ਦੂਜਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ, ਨਾ ਮੈਨੂੰ ਪਤਾ ਹੈ, ਨਾ ਤੁਹਾਨੂੰ ਪਤਾ ਹੈ, ਨਾ ਕਿਸੇ ਨੂੰ ਹੋਰ ਨੂੰ ਪਤਾ ਹੈ, ਉਹ ਤਾਂ ਮਾਪਿਆਂ ਨੂੰ ਵੀ ਪਤਾ ਹੁੰਦਾ ਨਾ ਜੀ, ਮਾਪੇ ਵੀ ਸੰਭਾਲਣ ਅਤੇ ਜੋ ਸਰਕਾਰਾਂ ਦੀਆਂ ਡਿਊਟੀ ਹੈ ਉਹ ਵੀ ਕਰਨ, ਜੋ ਸਮਾਜ ਦੀ ਡਿਊਟੀ ਹੈ, ਪਿੰਡ ਦੇ ਲੋਕਾਂ ਦੀ ਡਿਊਟੀ। ਗਿੱਦੜਵਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ।